ਸਤਿ ਸ਼੍ਰੀ ਅਕਾਲ ਦੋਸਤੋ, ਅੱਜ ਅਸੀਂ ਖੜ੍ਹੇ ਹਾਂ ਮਾਛੀਵਾੜਾ ਦੇ ਡਾਕਟਰ ਅੰਬੇਡਕਰ ਚੌਂਕ ਦੇ ਵਿੱਚ, ਜਿੱਥੇ ਸਰਬਜੀਤ ਸਿੰਘ ਜੀ ਸਾਡੇ ਨਾਲ ਮੌਜੂਦ ਨੇ, ਜਿਨ੍ਹਾਂ ਨੇ ਅਤੇ ਉਹਨਾਂ ਦੀ ਟੀਮ ਨੇ ਇੱਥੇ ਗੁਰੂ ਘਰ ਤੋਂ ਲੰਗਰ ਲਗਾਇਆ, ਦੁੱਧ ਦਾ ਲੰਗਰ ਲਾਇਆ। ਚਾਰੇ ਸਾਹਿਬਜ਼ਾਦਿਆਂ ਦੇ ਦਸ਼ਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੀ ਜਿਹੜੀ ਸ਼ਹਾਦਤ ਹੈ, ਉਹਨਾਂ ਦੇ ਉਹਨਾਂ ਨੂੰ ਯਾਦ ਕਰਦੇ ਸਮਰਪਿਤ ਹੁੰਦੇ ਹੋਏ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਕੀ ਸੰਦੇਸ਼ ਦੇਣਾ ਚਾਹੁੰਦੇ ਨੇ? ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਗੁਰੂ ਸਾਹਿਬ ਦੇ ਸਾਹਿਬਜ਼ਾਦੇ ਅਤੇ ਗੁਰੂ ਸਾਹਿਬ ਲਈ ਅਤੇ ਮਤਲਬ ਸਮਰਪਿਤ ਜੋ ਸਭਾ ਮੇਲਾ ਇਕੱਠਾ ਹੁੰਦਾ ਉਹਦੇ ਲਈ ਲੰਗਰ ਲਗਾਇਆ ਸੰਗਤਾਂ ਨੇ, ਅਤੇ ਅਸੀਂ ਇਹ ਸੰਦੇਸ਼ ਦੇਣਾ ਚਾਹੁੰਦੇ ਹਾਂ ਕਿ ਏਕਤਾ ਦੇ ਨਾਲ ਸਮੂਹ ਮਾਰਕੀਟ ਵੱਲੋਂ ਲੰਗਰ ਲਗਾਇਆ। ਜਿਹੜੇ ਗੁਰੂ ਸਾਹਿਬ ਦੇ ਪਰਿਵਾਰ ਦੀ ਸ਼ਹੀਦੀ ਹੋਈ ਹੈ ਜੀ, ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਉਹਨਾਂ ਦੇ ਨਕਸ਼ੇ ਕਦਮ ਦੇ ਸਿੱਖ ਕੌਮ ਚੱਲੇ ਅਤੇ ਦੇਸ਼ ਦੇ ਸਾਰੇ ਤਮਾਮ ਲੋਕ ਕੌਮ ਚੱਲਣ ਹੁੰਦਾ ਜੀ? ਦੇਖੋ ਜੀ, ਇਸ ਟਾਈਮ ਅਸੀਂ ਜੋ ਵੀ ਸਾਰੀ ਸਮੂਹ ਸੰਗਤ ਜਿਹੜੀ ਸਾਡੇ ਨਾਲ ਆ, ਅਤੇ ਉਹਨਾਂ ਵੱਲੋਂ ਇਹੀ ਸੰਦੇਸ਼ ਦਿੱਤਾ ਜਾ ਰਿਹਾ ਅਸੀਂ ਗੁਰੂ ਸਾਹਿਬ ਦੇ ਜੋ ਕਬੂਲੇ ਪਾਏ ਗਏ ਨੇ ਉਹਨਾਂ ਦੇ ਉੱਤੇ ਚੱਲ ਸਕੀਏ। ਪ੍ਰੋਗਰਾਮ ਜਿਹੜਾ ਤੁਸੀਂ ਕਰਿਆ ਵਾ, ਕੀ ਕਹਿਣਾ ਚਾਹੁੰਦੇ? ਅਸੀਂ ਸਮੂਹ ਸੰਗਤ ਮਾਰਕੀਟ ਕੁਹਾੜਾ ਰੋਡ ਨੇੜੇ ਅੰਬੇਦਕਰ, ਠੀਕ ਹੈ, ਚੌਂਕ ਸਾਰੀ ਸਮੂਹ ਕਮੇਟੀ ਨੇ ਆਪਣੇ ਨਾਲੇ ਸਾਰਿਆਂ ਨੇ ਮਿਲ ਕੇ ਲੰਗਰ ਲਾਇਆ ਜੀ। ਸਾਰਿਆਂ ਦੇ ਸਹਿਯੋਗ ਨਾਲ ਜੋ ਵੀ ਮਾਰਕੀਟ ਦੇ ਬੰਦੇ ਨੇ ਦਾ ਲੰਗਰ ਹੈ ਜੀ, ਸਵੇਰ ਤੋਂ ਚੱਲ ਰਿਹਾ ਅਤੇ ਸਾਡੇ ਸਾਹ ਦੇ ਸੇਵਾਦਾਰ ਨੇ, ਠੀਕ ਹੈ ਜੀ, ਅਤੇ ਸਵੇਰ ਦਾ ਲੰਗਰ ਚੱਲ ਰਿਹਾ ਦੁੱਧ ਦਾ। ਸਿੰਘ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਜੀ ਤੁਸੀਂ ਅੱਜ ਦਾ ਜਿਹੜਾ ਲੰਗਰ, ਕਾਹਦੇ ਕੀ ਉਦੇਸ਼ ਸੀਗਾ, ਕਾਹਦੇ ਵਾਸਤੇ ਲਾਇਆ? ਸਭਾ ਕਰਕੇ ਤੁਸੀਂ ਲੰਗਰ ਲਾਇਆ ਜੀ, ਛੋਟੇ ਸਾਹਿਬ ਕੁਰਬਾਨੀ ਦੇ ਸ਼ਹੀਦੀ ਦਿਨ ਦੇ ਲਈ ਅਸੀਂ ਲੰਗਰ ਲਾਇਆ ਜੀ, ਉਹ ਸਾਡੇ ਲਈ ਇੰਨਾ ਕੁਛ ਕਰਕੇ ਉਹਦੇ ਲਈ ਅਸੀਂ ਅੱਜ ਫਿਰ ਘਰੇ ਚਾਹੀਦਾ ਜੀ। ਅਸੀਂ ਇਹ ਦੇਣਾ ਚਾਹੁੰਦੇ ਹਾਂ ਜੀ, ਸਾਡਾ ਪਿਤਾ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਦੇ ਪਰਿਵਾਰ ਨੇ ਜਿਹੜੇ ਲਾਲ ਸਿੰਘ ਸਿੰਘ ਨੇ ਸ਼ਹੀਦੀਆਂ ਪਾਈਆਂ, ਔਰ ਮੋਤੀ ਮਹਿਰਾ ਜੀ ਨੇ ਲਾਲਾ ਦੁੱਧ ਬਣਾਇਆ ਸੀ, ਉਸ ਕਰਕੇ ਅਸੀਂ ਸਾਰੇ ਕਮੇਟੀ ਜਿੰਨੇ ਵੀ ਆ ਜੋ ਵੀ ਜਿੰਨਾ ਵੀ ਯੋਗਦਾਨ ਪਾਇਆ ਅਸੀਂ ਉਹ ਮੋਤੀ ਮਹਿਰਾ ਜੀ ਦੇ ਨਾਲ ਦੁੱਧ ਸਾਨੂੰ ਬਣਾਇਆ ਲਾਲ ਜਸਵਾਲ ਦਾ ਜੀ। ਅਤੇ ਬੜੀ ਖਾਲਸਾ ਭਾਈ ਜੀ।